ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਭਾਰੀ ਇਕੱਠ ਇਕੱਠਾ ਕੀਤਾ ਸੀ, ਜਿਸ ਵਿੱਚ ਤਕਰੀਬਨ 80,000 ਲੋਕ ਜਮ੍ਹਾਂ ਹੋਏ ਸਨ ਅਤੇ ਉਸ ਗੁਰੂ ਸਾਹਿਬ ਨੇ ਤਦ ਪੰਜ ਸਿੱਖਾਂ ਦੀ ਮੰਗ ਕੀਤੀ ਸੀ, ਪੰਜ ਸਿਰਾਂ ਦੀ ਮੰਗ ਕੀਤੀ ਸੀ ਅਤੇ ਪੰਜ ਪਿਆਰਿਆਂ ਨੇ ਆਪਣੇ ਮਤਲਬ ਬਾਕੀ ਸਾਰੇ ਲੋਕ ਜਿਹੜੇ ਸਨ ਉਹ ਉੱਥੇ ਚੁੱਕ ਗਏ, ਮਤਲਬ ਮੇਰੇ ਵਰਗੇ ਜਿਹੜੇ ਲੋਕ ਸਨ ਉਹ ਡਰ ਗਏ ਅਤੇ ਉਹ ਘਬਰਾ ਗਏ ਅਤੇ ਕਿਸੇ ਨੇ ਆਪਣਾ ਸਿਰ ਨਹੀਂ ਦਿੱਤਾ ਅਤੇ ਪੰਜ ਪਿਆਰੇ ਭਾਈ ਧਰਮ ਸਿੰਘ ਜੀ, ਭਾਈ ਦਿਆ ਸਿੰਘ ਜੀ, ਭਾਈ ਹੋਮਹੁਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਨੇ ਹਿੰਮਤ ਅਤੇ ਹੌਸਲਾ ਜੁੜਾ ਕੇ ਉਹਨਾਂ ਹਿੰਮਤ ਅਤੇ ਹੌਸਲਾ ਜੁੜਾ ਕੇ ਉਹਨਾਂ ਨੇ ਆਪਣੇ ਸਿਰ ਦਿੱਤੀ ਅਤੇ ਆਪਣੇ ਸਿਰ ਦੇ ਅੱਗੇ ਗੁਰੂ ਸਾਹਿਬ ਨੇ ਆਪਣੇ ਸਿਰ ਦਿੱਤਾ। ਗੁਰੂ ਐਕਚੁਅਲੀ ਵਿੱਚ ਗੁਰੂ ਸਾਹਿਬ ਜੀ ਨੇ ਆਪਣਾ ਮਤਲਬ ਉਹ ਸਿਰ ਨਹੀਂ ਚਾਹੁੰਦੇ, ਕਿਸੇ ਨੂੰ ਸ਼ਹੀਦ ਨਹੀਂ ਕਰਨਾ ਚਾਹੁੰਦੇ ਸੀ, ਉਹ ਸਿਰਫ ਵੇਖਣਾ ਚਾਹੁੰਦੇ ਸੀ ਕਿ ਖਾਲਸੇ ਵਿੱਚ ਕਿੰਨੇ ਮਤਲਬ ਸਿੱਖ ਪੰਥ ਸਿੱਖ ਕੌਮ ਦੇ ਵਿੱਚ ਕਿੰਨੇ ਸੀ ਲੋਕ ਹਨ ਜਿਹਨਾਂ ਵਿੱਚ ਤਜਰਬਾ ਹੈ, ਜਿਹਨਾਂ ਵਿੱਚ ਉਹ ਸਾਹਸ ਹੈ, ਖਾਲਸੇ ਪੰਥ ਦੇ ਲਈ ਉਹ ਤਜਰਬਾ ਸਾਹਸ ਹੈ